परम सत्कारी옥 사드 사נגේ지 ਰਸਨਾ ਪਵਿੱਤਰ ਕਰੀਏ ਆਖੀਏ ਤਾਂ ਸਿਰ 사드ਗੁਰੂ ਪਟਾਪ ਸਿੰਘ ਜੀ ਤਾਂ ਸਿਰ 사드ਗੁਰੂ ਜਗਜੀਤ ਸਿੰਘ ਜੀ ਪੈਰੇ ਰਿਮਾਲਿਕ ਤਾਂ 사드ਗੁਰੂ ਉਦੇ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਵਿੱਚ ਲਿਖਦੇ ਹਨ ਸਤਗੁਰ ਸਿੱਕੀ ਕਰੇ ਪ੍ਰਤੀਪਾਲ ਸੇਵਕੋ ਗੁਰ ਸਦਾ ਦੇয়াল ਸਾਖੀ ਸੰਬੰਧਿਤ ਹੈ ਸੇਠ ਮਹਿਰ ਸਿੰਘ ਜੀ ਦਾ 사드ਗੁਰ ਨਾਲ ਮਿਲਾਪ 사드ਗੁਰ ਆਪਣੀ ਸਿੱਖ ਤੇ ਸਦਾ ਹੀ ਦਿਆਲ ਹੁੰਦਾ ਹੈ ਹੋਰ ਕੋਈ ਵੀ ਕਿਸੇ ਤੇ ਕਿਰਪਾ ਬਖਸ਼ਿਸ਼ ਨਹੀਂ ਕਰ ਸਕਦਾ ਸਿਰਫ 사드ਗੁਰ ਹੀ ਕਰ ਸਕਦਾ ਹੈ ਸ੍ਰੀ 사ਗੂ ਪ੍ਰਤਾਪ ਸਿੰਘ ਜੀ ਬਚਨ ਕਰਿਆ ਕਰਦੇ ਸਨ ਭਾਈ 사드ਗੁਰ ਸਿੱਖ ਨੂੰ ਛੱਡਦਾ ਨਹੀਂ ਪਰ ਸਿੱਖ 사드ਗੁਰ ਨੂੰ ਛੱਡ ਜਾਂਦਾ ਹੈ ਸਤਿਗੁਰੂ ਦੇ ਹਿੱਦੇ ਵਿੱਚ ਸਿੱਖ ਦੀ yaad ਸਦਾ ਰਹਿੰਦੀ ਹੈ ਮਹਾਰਾਜਾ ਗੁਰਪਤਾਪ ਸਿੰਘ ਜੀ ਦੀ ਕਿਰਪਾ ਬਖਸ਼ਿਸ਼ ਦੀ ਗੱਲ ਕਰਨ ਲੱਗਾ ਹਾਂ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਗਰਮੀਆਂ ਦੇ ਦਿਨਾਂ ਵਿੱਚ ਮੰਡੀ ਦਰਸ਼ਨ ਦੇਣ ਦੀ ਕਿਰਪਾ ਕਰ ਰਹੇ ਸਨ ਇੱਕ ਦਿਨ ਅਸੀਂ ਕੋਠੀਵਾਰੇ ਦਾ ਭੋਗ ਪਾਇਆ ਇਸ ਸਾਖੀ ਦੇ ਲੇਖਕ ਹਨ ਜਥੇਦਾਰ ਸੇਵਾ ਸਿੰਘ ਜੀ ਮੰਡੀ ਵਾਲੇ ਉਹ ਦੱਸ ਰਹੇ ਹਨ ਕਿ ਇੱਕ ਦਿਨ ਅਸੀਂ ਕੋਠੀ ਵਾਰੇ ਦਾ ਭੋਗ ਪਾਇਆ ਸ਼ੀ ਸਾਗੂ ਪਟਾਪ ਸਿੰਘ ਜੀ ਨੇ ਬਰਾਂਡੇ ਵਿੱਚ ਕੁਰਸੀ ਤੇ ਬੈਠਿਆ ਹੋਇਆ ਬਚਨ ਕੀਤਾ ਕੋਲ ਭਾਈ ਵਜੀਰ ਸਿੰਘ ਮੈਂ ਵੀ ਤੇ ਹੋਰ ਕੋਈ ਦੋ ਚਾਰ ਸ਼ਰੀਰ ਬੈਠੇ ਹੋਏ ਸਨ ਸ਼ੀ ਸਾਗੂ ਪਟਾਪ ਸਿੰਘ ਜੀ ਬਚਨ ਕੀਤਾ ਭਾਈ ਜੀ ਭੁੱਖ ਦੇ ਹੱਥੋਂ ਤੰਗ ਆ ਕੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਦੇ ਆਏ ਸਨ ਉਹਨਾਂ ਨੇ ਕਿਹਾ ਕਿ ਨਾ ਸੀ ਤੁਹਾਡੇ ਸਿੱਖ ਤੇ ਨਾ ਤੁਸੀਂ ਸਾਡੇ ਗੁਰੂ ਪਰ ਸਾਧਗੁਰਾਂ ਨੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਸਾਡੀ ਸਿੱਖ ਨਹੀਂ ਤੇ ਅਸੀਂ ਤੁਹਾਡੇ ਗੁਰੂ ਨਹੀਂ ਸਗੋਂ ਚੱਪਾ ਜਿਹਾ ਕਾਗਜ਼ ਆਪਣੀ ਛਾਤੀ ਨਾਲ ਲਾ ਕੇ ਰੱਖ ਲਿਆ ਸੀ ਸਿੱਖ ਆਪਣੀ ਮਰਜ਼ੀ ਨਾਲ ਗੁਰੂ ਤੋਂ ਪਿੱਛੇ ਹਟ ਜਾਂਦਾ ਹੈ ਪਰ ਗੁਰੂ ਸਿੱਖ ਨੂੰ ਕਦੇ ਪਿੱਛੇ ਨਹੀਂ ਹਟਣ ਦਿੰਦਾ ਸ਼ਹੀਦ ਸਗੂ ਪ੍ਰਤਾਪ ਸਿੰਘ ਜੀ ਨੇ ਭਾਈ ਵਜੀਰ ਸਿੰਘ ਜੀ ਨਾਲ ਵਚਨ ਕਰਦਿਆਂ ਕਿਹਾ ਪਾਈ ਜੀ ਮੇ ਸਾਧਗੁਰੂ ਅਰਜੀਤ ਸਿੰਘ ਜੀ ਦੇ ਚੁਬਾਰੇ ਵਿੱਚ ਜਾ ਕੇ ਦਰਵਾਜਾ ਮਾਨ ਕਰਕੇ ਗਲ ਚ ਰੁਮਾਲੀ ਪਾ ਅਰਦਾਸ ਕਰਕੇ ਇਹ ਮੰਗ ਮੰਗੀ ਹੋਈ ਹੈ ਸ੍ਰੀ ਸਾਧਗੁਰੂ ਰਾਮ ਸਿੰਘ ਜੀ ਮੇਰੀ ਅਰਜ਼ ਹੈ ਜਿੰਨਾ ਜਰ ਮੈਂ ਆਪ ਜੀ ਦੇ ਪੈਰੇ ਤੇ ਹਾਂ ਮੇਰੀ ਤੇ ਕਿਰਪਾ ਕਰੋ ਮੇਰੇ ਕੋਲ ਕੋਈ ਵੀ ਸਿੱਖ ਤਨਖਾਈਆਂ ਨਾ ਹੋਵੇ ਜੋ ਪਾਈ ਜੀ ਮੇਰਾ ਮਨ ਕਹਿੰਦਾ ਹੈ ਕਿ ਮੈਂ ਕਿਸੇ ਸਿੱਖ ਨੂੰ ਤਨਖਾਈਆਂ ਨਾ ਕਰਾਂ ਨਾਮ ਦਾ ਰਿਪੰਥ ਵਿੱਚ ਆਮ ਸ਼ਰੀਰ सेठ ਮਾਲ ਸਿੰਘ ਜੀ ਨੂੰ ਜਾਣਦੇ ਸਨ ਜਿਨ੍ਹਾਂ ਦਾ ਸ਼੍ਰੀ ਸਾਗੂ ਪਟਾਪ ਸਿੰਘ ਜੀ ਨਾਲ ਬਹੁਤ ਪਿਆਰ ਸੀ सेठ ਜੀ ਸਿਰ ਸਾਗੂ ਪਟਾਪ ਸਿੰਘ ਜੀ ਦਾ ਬਚਨ ਮੰਨ ਕੇ ਪਾਕਿਸਤਾਨ ਦੇ ਭਾਰਤ ਵਾਂਡ ਤੋਂ ਪਹਿਲਾਂ ਹੀ ਡੇਰਾ ਮੰਡੀ ਲੈ ਆਏ ਸਨ सेठ ਜੀ ਬਾਣੀ ਦੇ ਵੀ ਬਹੁਤ ਬਚਨ ਦੱਸਿਆ ਕਰਦੇ ਸਨ ਸ਼੍ਰੀ ਸਾਗੂ ਰਾਮ ਸਿੰਘ ਜੀ ਦੇ ਬਚਨ ਵੀ सेठ ਜੀ ਨੂੰ ਬਹੁਤ ਯਾਦ ਸਨ ਪਰ ਕਿਸੇ ਕਾਰਨ ਕਰਕੇ ਸੇਠ ਜੀ ਸ਼ੀ ਸਾਗੂ ਪਟਤਾਲ ਸਿੰਘ ਜੀ ਪਾਸੋਂ ਪਿਛਾਂ ਹਟ ਗਏ ਮੰਡੀ ਵਿੱਚ ਰਹਿੰਦੇ ਆ ਵੀ ਸ਼ੀ ਸਾਧਗੁਰ ਜੀ ਕੋਲ ਨਹੀਂ ਸਨ ਆਉਂਦੇ ਪਰ ਸਾਧਗੁਰ ਜੀ ਨੇ ਜਦੋਂ ਸ਼ਹਿਰ ਆਉਣਾ ਤਾਂ ਸੇਠ ਜੀ ਨੇ ਸਾਧਗੁਰਾਂ ਦੇ ਦੂਰੋਂ ਦਰਸ਼ਨ ਕਰਕੇ ਸਿਰ ਨੀਵਾ ਕਰ ਲੈਣਾ ਸੇਠ ਜੀ ਨੇ ਸੇਠ ਜੀ ਨੂੰ ਕਈ ਵਾਰੀ ਸਾਧਗੁਰ ਜੀ ਨੇ ਦੀਵਾਨ ਵਿੱਚ ਬਚਨ ਕਰਦੇ ਆ ਯਾਦ ਕਰ ਲੈਣਾ ਸ਼ੀ ਸਤਗੁਰੂ ਜੀ ਨੂੰ ਸੇਠ ਜੀ ਨੇ ਭਾਵੇਂ ਵਿਸਾਰ ਦਿੱਤਾ ਸੀ ਪਰ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਸੇਠ ਜੀ ਨੂੰ ਦਿਲ ਵਿੱਚੋਂ ਨਹੀਂ ਸੀ ਵਿਸਾਰਿਆ ਸਾਵਣ ਮਹੀਨੇ ਦੇ ਦਿਨ ਸਨ ਮੰਡੀ ਵਾਲੀ ਧਰਮਸ਼ਾਲਾ ਜੇ ਬਣੀ ਨਹੀਂ ਸੀ ਇੱਕ ਦਿਨ ਸ਼ੀ ਸਤਗੁਰੂ ਜੀ ਨੇ ਹੁਕਮ ਸੇ ਸਤਗੁਰ ਜੀ ਨੇ ਹੁਕਮ ਅਨੁਸਾਰ ਵਾਰੇ ਦਾ ਕੀਰਤਨ ਧਰਮਸ਼ਾਲਾ ਵਿੱਚ ਸ਼ੁਰੂ ਹੋਇਆ ਜਿੰਨਾ ਚਿਰ ਵਾਰਾ ਲੱਗਾ ਰਿਹਾ بارش ਹੀ ਨਾ ਹੋਈ ਕੁਝ ਚੀਰ ਮਗਰੋਂ ਥੋੜੀ ਥੋੜੀ ਬਾਰਿਸ਼ ਹੋਣ ਲੱਗ ਪਈ। ਸ਼੍ਰੀ ਸਾਧਗੁਰੂ ਜੀ ਬਚਨ ਕੀਤਾ ਚਲੋ ਅੱਜ ਪੈਦਲ ਹੀ ਚੱਲਦੇ ਹਾਂ। ਬਾਰਿਸ਼ ਵਿੱਚ ਸ਼੍ਰੀ ਸਾਧਗੁਰੂ ਜੀ ਕੁਝ ਸ਼ਰੀਰਾਂ ਨਾਲ ਤੁਰ ਪਏ। ਜਿਸ ਵਕਤ ਸਾਧਗੁਰੂ ਜੀ ਬਾਜ਼ਾਰ ਵਿੱਚ ਆਏ ਉਸ ਵਕਤ ਸੇਠ ਮਹਿਲ ਸਿੰਘ ਆਪਣੀ ਦੁਕਾਨ ਤੇ ਖੜੇ ਸਨ। ਸਾਧਗੁਰੂ ਜੀ ਦੇ ਆਉਣਿਆਂ ਦੇ ਦਰਸ਼ਨ ਕਰ ਰਹੇ ਸਨ। ਜਦੋਂ ਸ਼੍ਰੀ ਸਾਧਗੁਰੂ ਜੀ ਦੁਕਾਨ ਕੋਲੋਂ ਲੰਘਣ ਲੱਗੇ ਤਾਂ ਅੱਗੇ ਨਾ ਲੰਗਿਆ ਗਿਆ। ਸਿੱਧਾ ਸੇਠ ਜੀ ਦੀ ਦੁਕਾਨ ਵਿੱਚ ਜਾ ਚਰਨ ਪਾਏ ਸੇਠ ਜੀ ਨੇ ਸਹਿਜ ਸਾਗੂ ਪ੍ਰਤਾਪ ਸਿੰਘ ਜੀ ਨੂੰ ਛੇਤੀ ਨਾਲ ਜੱਫੀ ਪਾ ਲਈ ਸ਼੍ਰੀ ਹਜੂਰ ਨੇ ਸੇਠ ਜੀ ਨੂੰ ਜੱਫੀ ਪਾਈ ਇਸ ਵਕਤ ਨੂੰ ਮੈਂ ਤੇ ਹੋਰ ਸੰਗਤ ਜਿਹੜੀ ਉੱਥੇ ਖੜੀ ਸੀ ਜਾਣਦੀ ਹੈ ਕਿ ਸੇਠ ਜੀ ਦੀਆਂ ਉਪੂਬਾ ਨਿਕਲ ਗਈਆਂ ਸਨ ਉਸ ਵਕਤ ਨਾਲ ਦੇ ਦੁਕਾਨਦਾਰ ਥੜੇ ਤੇ ਖੜਕਿਸ ਗੁਰੂ ਸਿੱਖ ਦੇ ਮਿਲਾਪ ਨੂੰ ਦੇਖ ਰਹੇ ਸਨ ਸੇਠ ਜੀ ਸਮੀਤ ਸਾਰੇ ਸਰੀਰ ਵੈਰਾਗੀ ਹੋ ਗਏ। ਸਾਈ ਗੁਰ ਜੀ ਦੇ ਨੇਤਰਾ ਵਿੱਚੋਂ ਜਲ ਦੇ ਸੋਮੇ ਫੁੱਟ ਪਏ। ਸ਼੍ਰੀ ਸਾਗੁਰ ਜੀ ਨੇ ਵੈਰਾਗੀ ਮਾਨ ਨਾਲ ਬਚਨ ਕੀਤਾ। ਸੇਠ ਜੀ ਤੁਹਾਡੇ ਦਰਸ਼ਨ ਕਰਕੇ ਮੇਰੇ ਕੋਲੋਂ ਅੱਗੇ ਲੰਘਿਆ ਹੀ ਨਹੀਂ ਗਿਆ। ਮੇਰੇ ਪੈਰ ਇੱਥੇ ਰੁਕ ਗਏ ਹਨ। ਤੁਹਾਨੂੰ ਮਿਲਣ ਲਈ ਬਹੁਤ ਹੀ ਮਾਨ ਕਰਦਾ ਸੀ। ਸ਼੍ਰੀ ਸਾਗੁਰ ਜੀ ਨੇ ਸੇਠ ਜੀ ਦੀ ਪਿੱਠ ਤੇ ਹੱਥ ਰਿਆ ਹੋਇਆ ਹੈ। ਨਾਲੇ ਬਚਨ ਕਰੀ ਜਾਂਦੇ ਹਨ। ਸੇਟ ਜੀ ਦੇ ਨੀਤਰਾ ਵਿੱਚੋਂ ਜਲ ਵਗਣੋਂ ਅਜੇ ਬੰਦ ਨਹੀਂ ਸੀ ਹੋਇਆ ਸ਼੍ਰੀ ਸਾਗੁਰ ਜੀ ਨੇ ਬਚਨ ਕੀਤਾ ਵਿਛੋੜੇ ਦਾ ਉਸ ਨੂੰ ਪਤਾ ਹੁੰਦਾ ਹੈ ਜਿਸ ਨੂੰ ਪਿਆ ਹੋਵੇ ਸੇਟ ਜੀ ਨੇ ਅਰਜ ਕੀਤੀ ਦੀਨ ਦਿਆਲ ਜੀ ਅਸੀਂ ਬੜੇ ਗੁਨਾਹੀ ਹਾਂ ਐਬਾਂ ਦੇ ਭਰੇ ਹੋਏ ਹਾਂ ਤੁਸੀਂ ਦਿਆਲੂ ਹੋ ਸਾਨੂੰ ਬਖਸ਼ ਦਿਓ ਕਵੀ ਸ਼ਾਹ ਹੁਸੈਨ ਲਿਖਦਾ ਹੈ ਮੇਰੀ ਸਾਹਿਬਾ ਮੈਂ ਤੇਰੀ ਹੋ ਮੁਕੀਆਂ ਮਨੋਂ ਨਾ ਵਿਸਾਰੀ ਮੈਨੂੰ ਮੈਂ ਹਰ ਗੱਲੋਂ ਚੁੱਕੀ ਆਂ ਔਗਣਿਹਾਰੀ ਕੋ ਗੁਣ ਨਾਹੀ ਬਖਸ਼ ਕਰੇ ਤਾਂ ਛੁੱਟੀਆਂ ਜਿਉ ਭਾਵੇਂ ਤਿਉ ਰਾਗ ਪਿਆਰੇ ਦਾਮਨ ਤੇਰੇ ਲੁਕੀਆਂ ਜੇ ਤੂੰ ਨਜ਼ਰ ਮਿਹਰ ਦੀ ਪਾਲੇ ਚੜ ਚੌਬਾਰੇ ਸੁੱਤੀਆਂ ਕਹੇ ਹੁਸੈਨ ਫਕੀਰ ਸਾਈਂ ਦਾ ਸਾਈਂ ਦਾਦਰ ਤੇਰੇ ਦੀ ਗੁੱਤੀਆਂ ਸੇਠ ਜੀ ਨੇ ਅੱਜ ਆਰਜ਼ਿ ਹੋ ਕੇ ਬੇਨਤੀ ਕੀਤੀ ਦਾਸੀ ਸਾਗੂ ਪਟਾਪ ਸਿੰਘ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵਾਲੀ ਤੁਕ ਨੂੰ ਸਫਲ ਕਰਦਿਆ ਸਤਿਗੁਰ ਸਿੱਖ ਦੀ ਸਿੱਖ ਤੇ ਸਦਾ ਦਿਆਲ ਸੇਠ ਜੀ ਨੂੰ ਘੁੱਟ ਕੇ ਗੱਲ ਨਾ ਲਾ ਲਿਆ ਸੇਠ ਮੈਲ ਸਿੰਘ ਜੀ ਨੂੰ ਖੁਸ਼ੀਆਂ ਬਖਸ਼ ਕੇ ਸ਼ੀ ਸਾਗੂ ਪਟਾਪ ਸਿੰਘ ਜੀ ਘਾਰ ਵਿੱਚ ਬੈਠ ਕੇ ਕੋਠੀਵਾਲ ਚਲੇ ਗਏ ਤਾਂ ਹਨ ਤਾਨ ਹਨਸ਼ੀ 사ਗੂ ਪਟਾਪ ਸਿੰਘ ਜੀ ਆਪਣੀ ਸਿੱਖਾ ਨੂੰ ਗਾਲ ਨਾਲ ਲਾ ਕੇ ਰੱਖਣ ਵਾਲੇ ਸਾਰੇ ਯਾ ਕਲੀਏ ਤਾਨ ਹਨਸ਼ੀ 사ਗੂ ਪਟਾਪ ਸਿੰਘ ਜੀ ਤਾਨ ਤਾਨ ਹਨਸ਼ੀ ਸਾਧਗੁਰੂ ਜਗਜੀਤ ਸਿੰਘ ਜੀ